ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵੇ ਵਾਚੋ ਬੇਤੀ ਟੋਪੀ ਹਮਨੇ ਕਦੋਂ ਹਾਥ ਦੇ ਰੱਖਿਆ ਕੂਦ ਨਾ ਹੋ ਚਿੱਤ ਕੀ ਇੱਛਾ ਤਬ ਜਗਨ ਮੰਨੇ ਹਮਾਰਾ ਆਪਣਾ ਜਾਣ ਕਰੋ ਤੇ ਤਪਾਦਾ ਹਮਨ ਦਸਤ ਸਮੇਂ ਤੁਮ ਘਾਵੋ ਆਪ ਹਾਥ ਤੇ ਲਿਓ ਉਬਾਲ ਸੁਖੀ ਵਸੇ ਬੋਲੋ ਪਰਿਵਾਰ ਸੇਵਕ ਸਿੱਖ ਸਮੇਂ ਟਕਾਰਾ ਮੋਦ ਅੱਛਾ ਨਿਜ ਕਰਦੇ ਕਰਦੇ ਸਭ ਬੇਦਿਨ ਕੋ ਆਸ ਕਰੀਏ ਬੋਲੋ ਹੈ ਹਮਾਰੀ ਆਸਾ ਤੋਰ ਕੋ ਝੁਕੀ ਦੇ ਪਿਆਸਾ ਤੁਮੇ ਛਾੜ ਕੋ ਯਗਨ ਤਿਆਰ ਜੋ ਪਚਾਸ ਸੁਣਤੇ ਪਾ ਸੇਵੇ ਸਿੱਖ ਹਮਾਰੇ ਤਾਰੀਏ ਚੁਣ ਚੁਣ ਸੱਤੇ ਹਮਾਰੇ ਮਾਰੀਏ ਆਪ ਆਰਤੇ ਮਜੇ ਅਪਰੀਏ ਬੰਦ ਕਾਰ ਕਾਰ ਦਾਸ ਨੇ ਕਰੀਏ ਗੁਜੋ ਸਦਾ ਹਮਾਰੇ ਬੱਚਾ ਤੇਰੇ ਸੋਚੋ ਕਰੇ ਮੇਰਾ ਅੱਛਾ ਰਾਖੇ ਔਰ ਮੈਂ ਰਾਖਣ ਵਾਲੇ ਸਾਹਿਬ ਸੰਤ ਸੇ ਆਏ ਪਿਆਰੇ ਦੀਨ ਬੰਦ ਦਸ ਦਿਨ ਕੇ ਹੰਤਾ ਤੁਮੋ ਪਰੀ ਚਤਰ ਦਸ ਕਰਤਾ ਕਾਲ ਪਾਏ ਬ੍ਰਹਮਾ ਬਖਤਾਇਆ ਕਾਲ ਪਾਏ ਸੇ ਜੀਵ ਤਲਾ ਕਾਲ ਪਾਏ ਕਰ ਬਿਸਨ ਕਰ ਕਾਸਾ ਸ਼ਕਲ ਕਾਲ ਕਾ ਕੀਆ ਤਬਸਾ ਯੰਕਾਰ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀ ਜਮਨ ਕਾਲ ਸਾਹਿਬ ਲੋਕ ਸਵਾਲਾ ਨਮਸਕਾਰ ਹੈ ਕਾਇਮ ਹਮਾਰਾ ਜਮਨ ਕਾਲ ਸਾਹਿਬ ਜਗਤ ਬਣਾਇਆ ਤੇ ਤੇ ਜਾਇਓ ਆਦੰਤ ਇੱਕ ਅਵਤਾਰਾ ਸੋਇ ਕ੍ਰਿਸ਼ਨ ਜੀਵ ਹਮਾਰਾ ਨਮਸਕਾਰ ਕਿਸੀ ਕੋ ਹਮਾਰੀ ਸਤਿ ਪ੍ਰਜਾ ਜੀ ਆਪ ਸਵਾਰੀ ਸਿੱਖਿਨ ਗੁਰ ਸੰਗਤ ਚੁਕੀ ਹੈ ਸਤਿਗੁਰ ਕੋ ਕਰ ਮੋਹਬਤ ਕੀ ਕਟ ਕਟ ਕੇ ਅੰਤਰ ਕੀ ਜਾਣ ਪਦੇ ਦੇ ਕੀ ਪੀਰ ਪਿਛਾੜਤ ਤੇ ਚੀਟੀ ਤੇ ਕੁੰਜਿਤ ਅਸੁੱਲਾ ਸਾਪਤ ਕਿਰਪਾ ਦਿਸ ਪੈ ਫੁੱਲਾ ਸਤ ਦੁੱਖ ਪਾਏ ਤੇ ਦੁਖੀ ਸੁੱਖ ਪਾਏ ਸਾਰੇ ਕੇ ਸੁਖੀ ਇੱਕ ਇੱਕ ਕੀ ਪੀਰ ਪਿਛਾੜੇ ਕਟ ਕਟ ਕੇ ਪਟ ਪਟ ਕੀ ਜੰਗ ਜਾਬਤ ਕਰਖ ਕਲਾ ਕਰ ਤਾਰਾ ਪਰ ਜਾ ਤਬ ਤੇ ਉਹ ਬਾਲਾ ਜਾਬਾ ਕਰਖ ਕਰ ਤੁਮ ਕਾਬੂ ਤੁਮ ਮੇਰ ਤੇ ਤਰ ਸਭੂ ਜੇ ਤੇ ਬਦਲ ਸੇ ਸਭ ਤਾਰੇ ਆਪ ਆਪਣੀ ਬੁੱਧ ਵਿਚਾਰੇ ਤੁਮ ਸਾਬੀ ਤੇ ਰਹਿਤ ਲਹਿਰਾਣ ਜਾਤ ਜਾਣਤ ਭੇਦ ਜਾਣਤ ਵੇਦ ਭੇਦ ਅਲ ਆਲਮ ਨਿਰਵਕਾਰ ਨਿਰਕਾਰ ਨਿਰਲੰਬ ਆਦ ਅਨੀਦ ਅਨਾਦ ਅਸੰਭ ਤਾਂਕਾ ਮੂਡ ਅਚਾਰਿਤ ਵੇਦਾ ਚਾਂਕਾ ਪੇਂਦਾ ਪਾਸ ਭੇਦਾ ਤਾਂਕਾ ਕਰ ਪਾਣ ਅਨੁਮਾਨ ਤੇ ਮਹਾ ਮੂਡ ਕਟ ਵੇਦ ਜੋਤ ਮਹਾਂਦੇਵ ਕੋ ਕਹਿ ਦਾ ਸਦਾ ਸਿਵ ਦਿਨ ਕਾਲ ਕਾ ਕੀ ਨਿਤ ਨੈ ਪੈ ਆਪ ਆਪਣੀ ਗੋਦੇ ਜੇਤੀ ਬੰਨਤ ਭੂਮੀ ਪੈ ਤੋਏ ਤੇਤੀ ਤੁਮਲਾ ਲਖਾ ਦਾ ਜਾਇ ਪਸਾਰਾ ਕੇਵਲ ਸੱਚਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਿਰਪਾ ਰੂਪੇ ਅਦਾਕ ਕੇ ਕੂਪਾ ਹੰਦੇ ਜੇਦੇ ਸੇਤਜ ਕਿਨੀ ਅਰਪਿਸ਼ ਖਾਰ ਬੋਦੇ ਸਿੰਨੀ ਕਉ ਫੂਲ ਰਾਜਾ ਹੈ ਬੈਠਾ ਕੌਲ ਸਮਰ ਪੇ ਅਸੰ ਕਦੇ ਕੈਠਾ ਸੀ ਵੀ ਸਿਰਚ ਖਾਇਆ ਚਮ ਪਵ ਆਜ ਬਾਦ ਸੁਨੀਤ ਚਮ ਪਵ ਅਵੇ ਚਾ ਮੇਰੀ ਕਮ ਕਦੋ ਸਿੱਖ ਅਵਾਰ ਸਿੱਖ ਸਿੰਘ ਗਦਰ ਦੋਸ਼ੀ ਜਿੱਤੇ ਅਤਵਾ ਤੋ ਤਪਾ ਤਸ ਕਰ ਮੇਸ਼ ਕਰਨ ਕਾਤਾ ਜੇ ਉਸ ਤਰਸਤਾ ਸਾਧਨੀ ਬਾਰੇ ਤਿੰਕੇ ਦੁਸ਼ਟ ਉਸੇ ਮਰੇ ਬਲਕਿ ਜਮਨ ਪਰ ਮਰੇ ਤਿਆਰੇ ਤਿੰਕੇ ਤੁਮ ਸੰਕਟ ਸਭ ਤਾਰੇ ਕਿਉਂਕਿ ਕੋ ਇੱਕ ਬਾਤ ਤੇ ਹੈ ਤਾਂ ਕਿ ਕਾਲ ਤਨਿਕ ਮੈਂ ਇਹ ਹੈ ਰੱਛਾ ਹੋਏ ਤਾਂ ਸਿਰਫ ਕਲ ਦੁਸ਼ਟ ਦੇਸ਼ ਤਰੇ ਤਤਕਾਲਾ ਕਿਰਪਾ ਜਿਸ ਤਰ ਜਾਇਨ ਹਾਲ ਹੋ ਤਾਂ ਕਿ ਕਾਲ ਤਨਿਕ ਮੈਂ ਹਾਲ ਹੋ ਜੇਤ ਸੇਤ ਕਾਲ ਮਸਾ ਕੋਈ ਜੇ ਸਾਹ ਸਵੇ ਸਕੇ ਨਾ ਕੋਈ ਇੱਕ ਬਾਰ ਦਿਨ ਤੁਮੇ ਸੰਭਾਲਾ ਕਾਲ ਪਾਂਚ ਤੇ ਤਾਂ ਉਗਾ ਜਿੰਦਰ ਦਾਲ ਤੇ ਆਹੋ ਕਹਾ ਦਾਰੇ ਦੋਸਤ ਕੇ ਦਾ ਕੜਜ ਕੇਤ ਮੈਂ ਸੰਗ ਤੇ ਆ ਗਈ ਆਪ ਆਪ ਤੇ ਲੈ ਉਹ ਬਾਦ ਸਰਬ ਠੋਲਵਾ ਹੋ ਸਾਹਿਬ ਦੋਸਤ ਕੀ ਲੈ ਉਹ ਚਾਹੇ ਕਿਰਪਾ ਕਰੀ ਹਾਂ ਮੈਂ ਜਰ ਮਾਤਾ ਕਰਤ ਕਲਾ ਪੂਜਨ ਚਲ ਜਾਤਾ ਕਿਰਪਾ ਸਪਾ ਦੇ ਕੋ ਹੈ ਤਾਂ ਦੋਸਤ ਕੀ ਕੋਚੇ ਕਰਤਾ ਸੀਰੀਅਸ ਤੇ ਪੈ ਗਿਆ ਦਾ ਪੂਰਨ ਕਲਾ ਕਰ ਸਤ ਬਾਦ ਮਨ ਬਾਤ ਤੇ ਕਰ ਕਾਵੇ ਸੋਈ ਦਿਸ ਮੈਂ ਤਿਸੇ ਵਿਆਪਤ ਕੋਈ ਅੜੇ ਸੁਣੇ ਤੋਂ ਕਿ ਜੋ ਆਏ ਸਰਸਤਾ ਪਾਵੀ ਸੁਨੇ ਮੁਖ ਲਾਇ ਚਤਰਤਾ ਆਵੀ ਦੁਖ ਦਰਦ ਪੋ ਨਿਕਲੇ ਪਿੰਡ ਕੇਰੇ ਤੋਜੋ ਯਾ ਕੀ ਏਕ ਵਾਰ ਚੋਪੀ ਕੋ ਕੇ ਚੋਪੀ ਸਭ ਸਤੇ ਸਿਆਸ ਖਣੀਜੇ ਅਰਧ ਸਿਆਸ ਪਨ ਤੀਂਦ ਕੀ ਹਿਜੇ ਪਾਦ ਸੁਧੀ ਇਸ ਮੀ ਦਾ ਦਵਾਰ ਇਹ ਦੇ ਸਤੇ ਗ੍ਰਾਮ ਸਦਾ ਦਾ ਸਵਈ ਪਾਹੇਂਗੇ ਹੈ ਜਗ ਤੇ ਤੁਮਰੇ ਤਾਂ ਤੇ ਕੋ ਆਖ ਤੇ ਵੀ ਆਨੇ ਹੋ ਲਾਖ ਰਹੀ ਨੂੰ ਪੁਰਾ ਨਗਰਾ ਅਨੇ ਕੇ ਹਿੰਮਤ ਏਕ ਨਮਾਨੀ ਜੇ ਮੇਰੇ ਤੇ ਸਾਸਤੇ ਵੇਚ ਜੇ ਤੋ ਫੇਰ ਮੈਂ ਇੱਕ ਨਾ ਜਾਣਿਆ ਜਿਹਦੀ ਉਸ ਪਾਨ ਕਿਰਪਾ ਤੁਮਰੇ ਕਾਲ ਮੈਂ ਕਿਹੋ ਸਭ ਤੋਏ ਬਖਾਨੇ ਦੋਹਰਾ ਚਲ ਦੁਆਰ ਕੋ ਛਾੜ ਕੇ ਕਿਹੋ ਤੁਹਾਰੋ ਦੁਆਰ ਵਾਹੇਂਗੇ ਹੈ ਕੀ ਲਾਜ ਅਸ ਗੋਬਿੰਦਾ ਸੁਹਾਰ ਜਗਤ ਦੁਆਰ ਕੋ ਛਾੜ ਕੇ ਕਿਹੋ ਤੁਹਾਰੋ ਦੁਆਰ ਵਾਹੇਂਗੇ ਹੈ ਕੀ ਲਾਜ ਅਸ ਗੋਬਿੰਦਾ ਸੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਾਂ ਫਿਰ ਸਾਨੂੰ